ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਹੋ ਤੇ ਬਾਦ ਦੇ ਹਾਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਛੁੱਟੀ ਹੋਣ ਤੇ ਵੀ ਨਹੀਂ ਰੁਕੇਗਾ ਜ਼ਮੀਨਾਂ ਜਾਇਦਾਦ ਦੇ ਰਜਿਸਟਰੀ ਦਾ ਕੰਮ ਪੰਜਾਬ ਸਰਕਾਰ ਦੇ ਵੱਲੋਂ ਨਵੇਂ ਹੁਕਮ ਜਾਰੀ ਇਹਨਾਂ ਦੋਸਤੋ ਪੰਜਾਬ ਦੇ ਵਿੱਚ ਹੁਣ ਜਮੀਨ ਆ ਜਾਇਦਾਦ ਦੇ ਰਜਿਸਟਰੀ ਕਰਵਾਉਣ ਦੇ ਲਈ ਖਾਜਲ ਅਖਵਾਰ ਨਹੀਂ ਹੋਣਾ ਪਵੇਗਾ ਹੁਣ ਅਚਾਨਕ ਸਰਕਾਰੀ ਛੁੱਟੀ ਹੋਣ ਤੇ ਵੀ ਰਜਿਸਟਰੀ ਦਾ ਕੰਮ ਨਹੀਂ ਰੁਕੇਗਾ ਤੈ ਸਮੇਂ ਦੇ ਮੁਤਾਬਕ ਤਹਿਸੀਲਦਾਰ ਅਤੇ ਸਭ ਰਜਿਸਟਰਾਰ ਰਜਿਸਟਰੀ ਕਰਨਗੇ ਤੇ ਇਸ ਸੰਬੰਧੇ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਹਨ ਹਾਸਲ ਜਾਣਕਾਰ ਦੇ ਮੁਤਾਬਕ ਪੰਜਾਬ ਸਰਕਾਰ ਨੇ ਸੁੱਬੇ ਦੇ ਵਿੱਚ ਅਚਾਨਕ ਸਰਕਾਰੀ ਛੁੱਟੀ ਹੋਣ ਦੇ ਉੱਤੇ ਵੀ ਅਧਿਕਾਰੀਆਂ ਨੂੰ ਤਹਿਸੀਲਾਂ ਨੇ ਬੈਚ ਜਾਂ ਜ਼ਮੀਨਾਂ ਦੇ ਰਜਿਸਟਰੀ ਦਾ ਪਹਿਲਾ ਲੈ ਆਨਲਾਈਨ ਸਮੇਂ ਦੇ ਮੁਤਾਬਕ ਆਮ ਬਾਗ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਤੇ ਸੂਤਰਾ ਦੇ ਮੁਤਾਬਕ ਦਫ਼ਤਰਾਂ ਦੇ ਵਿੱਚ ਸਰਕਾਰੀ ਛੁੱਟੀ ਤਾਂ ਹੋਵੇਗੀ ਪਰ ਤਹਿਸੀਲਦਾਰ ਅਤੇ ਸਬ ਰਜਿਸਟਰਾਰ ਕੰਮਾਂ ਦਾ ਨਿਪਟਾਰਾ ਉਸੇ ਦਿਨ ਹੀ ਕਰਨਗੇ ਅਗਲੀ ਖਬਰ ਅਮਰਤਪਾਲ ਸਿੰਘ ਦਾ ਬਦਨ ਬਾਲਗਾ ਨੇ ਮੁਸ਼ਕਲਾਂ ਐਸ ਵਜ੍ਹਾ ਦੇ ਕਾਰਨ ਨਰਾਜ ਹੋਏ ਸਖ ਸੰਗਠਨ ਜਾਂਚ ਦੇ ਲਈ ਬਣਾਈ ਕਮੇਟੀ ਜੀ ਆਂ ਦੋਸਤੋ ਬਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਸੰਗਤ ਦੀਆਂ ਮੁਸ਼ਕਲਾਂ ਹੋਣਾ ਵੱਧ ਰਹੀਆਂ ਹਾਂ ਤੇ ਜਥੇ ਇੱਕ ਪਾਸੇ ਵਿਰੋਧੀ ਪਾਰਟੀਆਂ ਲਗਾਤਾਰ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੀਆਂ ਹਾਂ ਤੇ ਹੁਣ ਸਿੱਖ ਜਥੇਬੰਦੀਆਂ ਵੀ ਉਸ ਤੋਂ ਨਰਾਜ਼ ਨਜ਼ਰ ਆ ਰਹੀਆਂ ਹਾਂ ਤੇ ਅਮਰਿਤਪਾਲ ਸਿੰਘ ਦੇ ਵੱਲੋਂ ਸਾਥੀ ਲਾਪ੍ਰੀਤ ਸੰਗਾਤ ਨੂੰ ਪੁਲਿਸ ਹਿਰਾਸਤ ਵਿੱਚੋਂ ਰਿਹਾ ਕਰਵਾਉਣ ਦੇ ਲਈ ਜਿਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਢਾਲ ਬਣਾਇਆ ਗਿਆ ਤੇ ਉਸ ਤੋਂ ਸਿੱਖ ਜੱਥੇਬੰਦੀਆਂ ਨਾਰਾਜ਼ ਹੋ ਗਈਆਂ ਹਨ ਤੇ ਸਿੱਖ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਅਮਰਿਆਤ ਪਾਲ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ ਜਾਂਚ ਕਮੇਟੀ ਦਾ ਗਠਨ ਸਿੱਖ ਜੱਥੇਬੰਦੀਆਂ ਦੇ ਵਿੱਚ ਬਾਦਰੀ ਨਾਰਾਜ਼ਗੀ ਦੇ ਮੱਦੇ ਨਜ਼ਰ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਦਾਸ ਸਿੰਘ ਨੇ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਹੈ ਇਹ ਜਾਂਚ ਕਮੇਟੀ ਕਟਨਾ ਦੇ ਜਾਂਚ ਕਰੇਗੇ ਤੇ ਇਹ ਵੀ ਦੱਸੇਗੇ ਕਿ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਧਰਨੇ ਜਾਂ ਮੁਜਾਹਰਨ ਵਿੱਚ ਲਜਾਣਾ ਠੀਕ ਹੈ ਜਾਂ ਨਹੀਂ ਇਸ ਜਾਂਚ ਵਿੱਚ ਸਿੱਖ ਸੰਸਥਾ ਦੇ ਬੁੱਧੀਜੀਵੀਆਂ ਤੋਂ ਇਲਾਵਾ ਸਿੱਖ ਬਦਵਾਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਐਸਾ ਜਾਂਚ ਕਮੇਟੀ ਦੇ ਵੱਲੋਂ ਰਵਾਇਤਾ ਅਤੇ ਇਤਿਹਾਸ ਨੂੰ ਧਿਆਨ ਵਿੱਚ ਰੱਖ ਕੇ ਰਿਪੋਰਟ ਤਿਆਰ ਕੀਤੀ ਜਾਵੇਗੀ ਤੇ ਇਹ ਰਿਪੋਰਟ 15 ਦਿਨਾਂ ਦੇ ਅੰਦਰ ਪੇਸ਼ ਕੀਤੀ ਜਾਵੇਗੀ ਤੇ ਇਸ ਰਿਪੋਰਟ ਦੇ ਅਧਾਰਤ ਹੀ ਅਗਲੇ ਹੁਕਮ ਜਾਰੀ ਕੀਤੇ ਜਾਣਗੇ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੇ ਵਾਲੇ ਬਟਨ ਨੂੰ ਦਬਕੇ ਆਲਟ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਗਲੀ ਵੱਡੀ ਖਬਰ ਮੂਸੇਬਾਲਾ ਦੇ ਕਾਤਲਾਂ ਦਾ ਹੋਇਆ ਕਤਲ ਜੇਲ੍ਹ ਦੇ ਵਿੱਚ ਝੜਪ ਦੇ ਦੌਰਾਨ ਦੋ ਗੈਂਗਸਟਰਾਂ ਦੀ ਹੋਈ ਮੌਤ ਇਹਨਾਂ ਦੋਸਤੋ ਮੂਸੇਬਾਲਾ ਕਾਤਲ ਕਾਂਡ ਦੇ ਨਾਲ ਜੁੜੀ ਵੱਡੀ ਖਬਰ ਹੈ ਸਾਹਮਣਾ ਇੱਥੇ ਮੂਸੇਬਾਲਾ ਦੇ ਕਾਤਲ ਮਨਮੂਣਾ ਮੂਣਾ ਅਤੇ ਮਨਦੀਪ ਤੂਫਾਨ ਦੀ ਜਿਲ੍ਹੇ ਵਿੱਚ ਮੌਤ ਹੋ ਗਈ ਹੈ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਤੂਫਾਨ ਦੀ ਸ਼੍ਰੀ ਗੋਇੰਦਵਾਲ ਸਾਹਿਬ ਦੀ ਜਿਲ੍ਹੇ ਵਿੱਚ ਮੌਤ ਹੋਈ ਅਤੇ ਤੂਫਾਨ ਦੀ ਇੱਥੇ ਹਵਾ ਲਾਤੀਆਂ ਦੇ ਨਾਲ ਝੜਪ ਹੋ ਗਈ ਤੇ ਇਸ ਝੜਪਾ ਨਹਿਿੰਸਕ ਰੂਪ ਲੈ ਲਿਆ ਤੇ ਇਸ ਵਿੱਚ ਤਿੰਨ ਲੋਕ ਹੂਰਾ ਜਾਕਮੀ ਦੱਸੇ ਜਾ ਰਹੇ ਹਨ ਤੇ ਜ਼ਿਲ੍ਹੇ ਦੇ ਵਿੱਚ ਝੜਪ ਦੇ ਦੌਰਾਨ ਦੋ ਗੈਂਗਸਟਰਾਂ ਦਾ ਕਤਲ ਹੋ ਗਿਆ ਹੈ। ਅਗਲੀ ਵੱਡੀ ਖਬਰ ਹੈ ਬਾਈਬਲ ਕਲਾ ਇਨਸਾਫ ਮੋਰਚਾ ਉਹ ਵੇਗਾ ਖਤਮ 2 ਮਾਰਚ ਨੂੰ ਕਰਵਾਇਆ ਜਾਵੇਗਾ ਸ਼ੁਕਰਾਨਾ ਸਮਾਗਮ। ਜੀ ਆਂ ਦੋਸਤੋ ਬਾਈਬਲ ਕਲਾ ਇਨਸਾਫ ਮੋਰਚੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਇਆ ਤੇ ਜਾਣਕਾਰ ਦੇ ਮੁਤਾਬਕ ਸੈਟ ਦੇ ਵੱਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਚਾਰਜ ਸ਼ੀਟਾ ਦਾਖਲ ਕਰਨ ਤੋਂ ਬਾਅਦ ਬਾਬਲ ਕਲਾ ਇਨਸਾਫ ਮੋਰਚੇ ਦੇ ਵੱਲੋਂ ਮੀਟਿੰਗ ਦੇ ਉਪਰੰਤ ਧਰਨਾ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੋਰਚੇ ਦੇ ਵੱਲੋਂ ਦੋ ਵੱਡੇ ਪ੍ਰੋਗਰਾਮ ਉਲਿੱਕੇ ਗਏ ਹਨ ਤੇ ਜਿਹਦੇ ਜਾਣਕਾਰੀ ਮੋਰਚਾ ਸੰਚਾਲਕ ਅਤੇ ਆਗੂ ਸੁਖਰਾਜ ਸਿੰਘ ਦੇ ਵੱਲੋਂ ਦਿੱਤੀ ਗਿਆ ਤੇ ਦੱਸਿਆ ਜਾ ਰਿਹਾ ਕਿ ਮੋਰਚੇ ਵਾਲੀ ਥਾਂ ਤੇ 2 ਮਾਰਚ ਨੂੰ ਸ਼ੁਕਰਾਨੇ ਦੇ ਵੱਜੋਂ ਸ਼੍ਰੀ ਅਕੰਠਪਾਠ ਸਾਹਿਬ ਆਰੰਭ ਕੀਤੇ ਜਾਣਗੇ ਤੇ 4 ਮਾਰਚ ਨੂੰ ਭੋਗ ਪਾਏ ਜਾਣਗੇ ਤੇ ਇਸ ਦੇ ਲਈ ਮੋਰਚੇ ਦੇ ਬੋਲ ਅਖੰਡ ਪਾਠ ਬੱਚੇ ਸੰਗਤ ਨੂੰ ਵੱਡੇ ਇਕੱਠ ਦੇ ਰੂਪ ਦੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਤੇ ਇਸ ਤੋਂ ਇਲਾਵਾ 5 ਮਾਰਚ ਨੂੰ ਮੋਰਚੇ ਵਾਲੀ ਥਾਂ ਤੇ ਇੱਕ ਕਾਫਲਾ ਸ਼ੁਕਰਾਨੇ ਦੇਲੇ ਸ਼੍ਰੀ ਅਕਾਲ ਤਾਖਤ ਸਾਇਬਰ ਬਣਾ ਹੋ ਬਗਾ ਤੇ ਉਸ ਵਿੱਚ ਵੀ ਸੰਗਤ ਨੂੰ ਵੱਧ ਛੜ ਕੇ ਸਮੂਲੀਅਤਾ ਕਰਨ ਦੇ ਅਪੀਲ ਕੀਤਾ ਗਿਆ ਤੇ ਇਹਨਾਂ ਦੋ ਪ੍ਰੋਗਰਾਮਾਂ ਤੋਂ ਬਾਅਦ 6 ਮਾਰਚ ਨੂੰ ਮੋਰਚਾ ਜਿਹੜਾ ਸਮਾਪਤ ਕੀਤਾ ਜਾਵੇਗਾ ਅਗਲੀ ਖਬਰ ਸੰਗਰੂਰ ਦੇ ਵਿਧਾਇਕਾ ਨਰਿੰਦਰ ਕੌਰ ਭਰਾਏ ਦੀ ਬਿਗੜੇ ਸਿਹਤ ਹਸਪਤਾਲ ਦੇ ਵਿੱਚ ਦਾਖਲ ਤਾਂ ਦੋਸਤੋ ਹਲਕਾ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਏ ਦੇ ਅਚਾਨਕ ਸਿਹਤ ਖਰਾਬ ਹੋਣ ਦੇ ਕਾਰਨ ਉਹਨਾਂ ਨੂੰ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਇਸ ਦੀ ਜਾਣਕਾਰੀ ਵਿਧਾਇਕਾ ਦੀ ਟੀਮ ਨੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਅਤੇ ਜਾਣਕਾਰੀ ਦੇ ਮੁਤਾਬਕ ਇਨਫੈਕਸ਼ਨ ਦੇ ਚਲਦਿਆਂ ਭਰਾਏ ਨੂੰ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਹੈ ਉਹਨਾਂ ਦੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਲਿਖਿਆ ਹੋਇਆ ਕਿ ਬੁਧਾਇਕ ਨਰਿੰਦਰ ਕੌਰ ਪ੍ਰਾਇਦੀ ਸਿਹਤ ਜ਼ਿਆਦਾ ਖਰਾਬ ਹੋਣ ਦੇ ਕਾਰਨ ਕੱਲ ਅਤੇ ਅਗਲੇ ਕੁਝ ਦਿਨਾਂ ਤੱਕ ਉਹ ਅਤੇ ਉਹਨਾਂ ਦਾ ਕੋਈ ਵੀ ਆਪਰਵਾਰਿਕ ਮੈਂਬਰ ਹਲਕੇ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋ ਪਾਉਣਗੇ ਤੇ ਆਪ ਸਭ ਸਾਥੀ ਸਹਿਯੋਗ ਕਰਦਿਆਂ ਉਹਨਾਂ ਦੇ ਸਿਹਤ ਦੀ ਕਾਮਨਾ ਕਰਨਾ ਅਗਲੀ ਵੱਡੀ ਖਬਰ ਪਟਵਾਰੀ ਦੇ ਭਰਤੀ ਦੇ ਲਈ ਨੋਟੀਫਿਕੇਸ਼ਨ ਜਾਰੀ ਜਲਦੀ ਕਰੋ ਅਪਲਾਈ ਤਾਂ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਪਟਵਾਰੀ ਦੇ ਭਰਤੀ ਦੇ ਲਈ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਹੈ ਪਟਵਾਰੀ ਦੀਆਂ ਇਹਨਾਂ ਸਾਮੀਆਂ ਦੇ ਰਾਹੀਂ ਕੋਲ 710 ਸਾਮੀਆਂ ਦੇ ਭਰਤੀ ਕੀਤੀ ਜਾਵਗੀ ਤੇ ਇਸ ਵਿੱਚ ਅਪਲਾਈ ਕਰਨ ਦੇ ਲਈ ਉਮੀਦਵਾਰਾਂ ਨੂੰ ਪੀ ਟ੍ਰਿਪਲ ਐਸ ਬੀ ਭਾਰਤੀ ਦੇ ਅਧਿਕਾਰਤ ਵੈਬਸਾਈਟ tripsb.punjab.gov.in ਤੇ ਜਾਣਾ ਪਵੇਗਾ ਤੇ ਪੰਜਾਬ ਸਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੇ ਵੱਲੋਂ ਜਾਰੀ ਕੀਤੀ ਗਈ ਐਸਆਰ ਆਸਾਮ ਦੇ ਲਈ আরজে ਪ੍ਰਕਿਰਿਆ 23 ਫਰਵਰੀ 2023 ਤੋਂ ਸ਼ੁਰੂ ਹੋ ਗਿਆ ਤੇ ਅਪਲਾਈ ਕਰਨ ਦੇ ਲਈ ਅਮਿਰਬਾਰਾ ਦੇ ਵੱਲੋਂ 20 ਮਾਰਚ 2023 ਤੱਕ ਦਾ ਸਮਾਂ ਦਿੱਤਾ ਗਿਆ ਤੇ ਪੰਜਾਬ ਪਟਵਾਰੀ ਦੇ ਆਸਾਮ ਦੇ ਲਈ ਅਪਲਾਈ ਆ ਕਰਨ ਦੇ ਲਈ ਪਹਿਲਾ ਅਧਿਕਾਰਤ ਵੈਬਸਾਈਟ triple s b.punjab.gov.in ਤੇ ਜਾਓ ਤੇ ਉਸ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ ਅਮਰਿਤਪਾਲ ਦਾ ਵੱਡਾ ਬਿਆਨ ਮੈਂ ਪੰਜਾਬੀ ਹਾਂ ਪਰ ਇੰਡੀਅਨ ਨਹੀਂ 1200 ਪੰਜਾਬ ਜਥੇਬੰਦੀ ਦੇ ਮੁਖੀ ਅਮਰਤ ਪਾਲ ਸਿੰਘ ਦੇ ਵੱਲੋਂ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਗਿਆ ਤੇ ਉਹਨਾਂ ਨੇ న్యూਸ 18 ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਮੈਂ ਪੰਜਾਬੀ ਹਾਂ ਇੱਕ ਸੇਖਾਂ ਪਰ ਇੰਡੀਅਨ ਨਹੀਂ ਹਾਂ ਤੇ ਪਾਸਪੋਰਟ ਇੱਕ ਟਰੈਵਲ ਦਸਤਾਵੇਜ਼ ਹੈ ਤੇ ਇਸ ਦੇ ਨਾਲ ਹੀ ਅਮਰਤ ਪਾਲ ਨੇ ਕਿਹਾ ਕਿ ਹਿੰਦੁਸਤਾਨ ਕੋਈ ਕਲਚਰ ਜਾਂ ਫਿਰ ਪਹਿਰਾਵਾ ਨਹੀਂ ਹੈ ਮੈਂ ਪੰਜਾਬੀ ਹਾਂ ਤੇ ਇੱਕ ਸੇਖਾਂ ਤੇ ਇਸ ਤੋਂ ਇਲਾਵਾ ਕੁਝ ਨਹੀਂ ਮੇਰੇ 45 ਵਿਧਾਇਕ ਹੁੰਦੇ ਤਾਂ ਬੁਢਾਪਾ ਪੈਨਸ਼ਨ ਪਹਿਲੇ ਦਿਨ ਤੋਂ 5100 ਰੁਪਏ ਹੁੰਦੀ 10 ਜੰਤ ਚੋਟਾਲਾ ਪਹਿਵਾਨੀ ਪਹੁੰਚੇ ਹਰਿਆਣਾ ਦੇ ਡੈਪਟੀ ਸੀਐਮ 10 ਜੰਤ ਚ ਸੰਘਾ ਚੋਟਾਲਾ ਨੇ ਇੱਕ ਵਾਰ ਫਿਰ ਬੁਢਾਪਾ ਪੈਨਸ਼ਨ 5100 ਰੁਪਏ ਨਾ ਹੁੰਦੇ ਟੀ ਜाहिर ਕੀਤੇ ਆ ਤੇ ਇਹ ਸਬਜਟ ਦੇ ਵਿੱਚ ਵੀ ਬੁਢਾਪਾ ਪੈਨਸ਼ਨ 5100 ਰੁਪਏ ਨਾ ਹੁੰਤੇ 10 ਜੰਤ ਚੋਟਾਲਾ ਨੇ ਕਹਿ ਕੇ ਬੁਢਾਪਾ ਪੈਨਸ਼ਨ 250 ਰੁਪਏ ਵਧਾਈ ਗਿਆ ਤੇ ਇਹ ਤਿੰਨ ਸਾਲਾਂ ਦੇ ਵਿੱਚ ਸਿਰਫ 7500 ਰੁਪਏ ਵਧ ਕੇ 72500 ਰੁਪਏ ਹੋ ਗਏ ਆ ਜੋ ਕਿ ਪੂਰੇ ਦੇਸ਼ ਵਿੱਚ ਸਭ ਤੋਂ ਬਾਅਦ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਵਿਧਾਇਕ 45 ਹੁੰਦੇ ਤਾਂ ਬੁਢਾਪਾ ਪੈਨਸ਼ਨ ਪਹਿਲੇ ਦਿਨ ਤੋਂ ਹੀ 5100 ਰੁਪਏ ਹੁੰਦੀ ਮੈਂ ਗੱਠਜੋੜਾ ਸਰਕਾਰ ਕਾਰਨ 2500 ਰੁਪਏ ਵਧਨ ਤੇ ਵੀ ਖੁਸ਼ਾਂ ਤੇ ਇਸ ਨੂੰ ਹੋਰ ਵਧਾਉਣ ਦੇ ਲਈ ਜੱਤਸ਼ੀਲ ਜਿਹੜਾ ਰਮਾਂਗਾ ਕਣਕ ਜੋ ਇਹਨਾਂ ਨੂੰ 30% ਦਾ ਕਟਾ ਲੱਗਣ ਦੇ ਕਾਰਨ ਰਾਸ਼ਨਾਂ ਡੇਪੂਆਂ ਤੇ ਮੱਝੀ ਹਾਹਾਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਗਰੀਬਾਂ ਤੇ ਲੋੜਵੰਦ ਪਰਿਵਾਰਾਂ ਦੇ ਵਿੱਚ ਵੰਡੇ ਜਾਣ ਵਾਲੀ ਕਣਕਾ ਯੋਜਨਾ ਨੂੰ ਲਾਗੇ 30% ਦੇ ਭਾਰੀ ਕਟ ਦੇ ਕਾਰਨ ਪੰਜਾਬ ਭਰ ਦੇ ਰਾਸ਼ਨਾਂ ਡੇਪੂਆਂ ਤੇ ਹਾਹਾਕਾਰ ਮਚ ਗਿਆ ਤੇ ਜ਼ਿਆਦਾਤਰ ਲਾਪਾਤਰੀ ਪਰਿਵਾਰਾਂ ਨੂੰ ਕਣਕ ਦਾ ਲਾਭ ਨਾ ਮਿਲਣ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹਦਾ ਗੁੱਸਾ ਡੇਪੂ ਹੋਲਡਰਾਂ ਤੇ ਉਤਾਰਿਆ ਜਾ ਰਿਹਾ ਤੇ ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ਡੇਪੂ ਹੋਲਡਰਾਂ ਤੇ ਲਾਹਤਰੀ ਪਰਿਵਾਰਾਂ ਦੇ ਵਿੱਚ ਕਟਮਾਰ ਹੋਣ ਤੱਕ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਚਲਦੀ ਕਾਰ ਨੂੰ ਲੱਗੇ ਭਿਆਨਕ ਅੱਗ ਜਾਨੀ ਨੁਕਸਾਨ ਤੋਂ ਬਚਾ ਤਾਂ ਦੋਸਤੋ ਪੁਗਾ ਕੋਟਕਪੂਰਾ ਬਾਈਪਾਸ ਕੋਲ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਤੇ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਤੇ ਅੱਗ ਲੱਗਣ ਦੇ ਕਾਰਨ ਡਾਸਟਰ ਕਾਰ ਸੜਕੇ ਸਭਾਉਗੇ ਤੇ ਘਟਨਾ ਵਾਲੇ ਥਾਂ ਦੇ ਨੇੜੇ ਪੈਟਰੋਲ ਪੰਪਿਆਂ ਤੇ ਥਾਣਾ ਸਿਟੀ ਅਧੀਨ ਪੁਲਾਸ ਚੌਂਕੀ ਫੋਕਲ ਪੁਆਇੰਟ ਇੰਚਾਰਜ ਮੁਕਮ ਸਿੰਘ ਨੇ ਦੱਸਿਆ ਕਿ ਫਰੋਜਪੁਰ ਤੋਂ ਕਸਬਾ ਅਜੀਤਬਾਲ ਦੇ ਨੇੜੇ ਇੱਕ ਮੈਰਿਜ ਪੈਲਸ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਦੇ ਕਾਰ ਦੇ ਵਿੱਚ ਅਚਾਨਕ ਸ਼ਾਰਟ ਸਰਕਟ ਹੋਣ ਦੇ ਕਾਰਨ ਅੱਗ ਲੱਗ ਗਈ ਅਤੇ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕਰਕੇ ਅੱਗ ਤੇ ਕਾਬੂ ਪਾਇਆ ਕਾਰ ਚਾਲਕ ਮਨਦੀਪ ਸਿੰਘ ਨੇ ਦੱਸਿਆ ਕਿ ਕਾਰ ਦੇ ਵਿੱਚ ਤਿੰਨ ਜਣੇ ਸਵਾਰ ਸਨ ਅਜੀਤਵਾਲ ਵਿੱਚ ਵਿਆਹ ਸਮਾਗਮ ਵਿੱਚ ਜਾ ਰਹੇ ਸਨ ਤੇ ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਕਲੱਚ ਪਲੇਟਾ ਕੰਮ ਛੱਡ ਗਈਆਂ ਤੇ ਧੂਆ ਨਿਕਲਿਆ ਤੇ ਦੇਖਦੇ-ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਗਲੀ ਵੱਡੀ ਖਬਰ ਮਹਾਲੀ ਆਰਪੀਜੀ ਹਮਲੇ ਦਾ ਮੁੱਖ ਸ਼ੂਟਰ ਗ੍ਰਿਫਤਾਰ ਮਿਲਿਆ 10 ਦਿਨ ਦਾ ਪੁਲਿਸ ਰਿਮਾਂਡ ਯਾ ਦੋਸਤੋ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਮਈ 2022 ਦੇ ਵਿੱਚ ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਖੂਪਿਆ ਹੈੱਡਕੁਆਰਟਰ ਤੇ ਰਾਕਟ ਦੇ ਨਾਲ ਚੱਲਣ ਵਾਲੇ ਗਰਨੇਡ ਹਮਲੇ ਦੇ ਮੌਕੇ ਸ਼ੂਟਰਾ ਦੀਪਕ ਰੰਗਾ ਨੂੰ ਗ੍ਰਿਫਤਾਰ ਕੀਤਾ ਤੇ ਜਿਸ ਤੋਂ ਬਾਅਦ ਉਹਦਾ ਪੁਲਿਸ ਨੂੰ 10 ਦਿਨ ਦਾ ਰਿਮਾਂਡ ਹਾਸਲ ਹੋਇਆ ਦੱਸਦੀ ਹੈ ਕਿ ਦੀਪਕ ਰੰਗਾ ਕੈਨੇਡਾ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਵੀਰ ਸਿੰਘ ਸੰਧੂ ਉਰਫ ਲੰਡਾ ਅਤੇ ਪਾਕਿਸਤਾਨ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਬਿੰਦਰ ਸਿੰਘ ਸੰਧੂ ਉਰਫ ਰਿੰਦਾ ਦਾ ਕਰੀਬੀ ਸਾਥੀ ਹੈ ਪੰਜਾਬ ਸਰਕਾਰ ਦੇ ਬਜਟ ਦੇ ਨਾਲ ਹਰ ਵਰਗ ਨੂੰ ਲਾਭ ਮਿਲੇਗਾ ਚੀਮਾ ਪੰਜਾਬ ਦੇ ਵਿੱਤਾ ਜੋਇਨਾ ਅਤੇ ਕਰ ਤੇ ਆਪਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੱਲ ਇੱਥੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਤਿਆਰ ਕੀਤੇ ਬਜਟ ਦੇ ਨਾਲ ਪੰਜਾਬ ਦੇ ਹਰ ਨਾਗਰਿਕ ਨੂੰ ਲਾਭ ਮਿਲੇਗਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਬਜਟ ਮਿੱਥੇ ਸਮੇਂ ਤੇ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਰਾਜਪਾਲ ਦੇ ਵੱਲੋਂ ਪ੍ਰਵਾਨਗੀ ਵੀ ਮਿਲ ਜਾਵੇਗੀ ਤੇ ਉਹ ਇੱਥੇ ਰੰਗਲਾ ਪੰਜਾਬ ਕ੍ਰਾਫਟਾ ਮਿਲਦਾ ਉਦਘਾਟਨਾ ਕਰਨ ਦੇ ਲਈ ਆਏ ਹੋਏ ਸੰਤਿਬੰਦੇ ਸੰਗਤ ਦੀ ਰਿਹਾਈ ਬਾਰੇ ਵਿੱਤ ਮੰਤਰੀ ਨੇ ਕਿਹਾ ਹੈ ਕਿ ਇਹ ਕੇਂਦਰ ਜਾਂ ਦੂਜੇ ਸੂਬਿਆਂ ਦੇ ਨਾਲ ਸੰਬੰਧਤ ਮਾਮਲਾ ਹੈ ਪਰ ਪੰਜਾਬ ਸਰਕਾਰ ਬੰਦੀ ਸੰਗਤ ਦੀ ਰਿਹਾਈ ਦੇ ਲਈ ਸਹਿਮਤ ਹੈ ਤੇ ਸ਼੍ਰੀ ਚੀਮਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਰੂਲਰ ਡਵੈਲਪਮੈਂਟ ਫੰਡਾਂ ਦੇੰਤੋਂ ਟਾਲਾ ਬਟ ਰਹੀ ਹੈ ਜਦਕਿ ਇਹਨਾਂ ਫੰਡਾਂ ਤੇ ਸੂਬਿਆਂ ਦਾ ਹੱਕ ਹੈ ਤੇ ਵਿੱਤੇ ਦੇਣੀ ਅਜਨਾਲਾ ਦੇ ਵਿੱਚ ਵਾਪਰੀ ਘਟਨਾ ਬਾਰੇ ਉਹਨਾਂ ਦਾ ਕਹਿਣਾ ਕਿ ਅਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਜਾਂਚ ਮੁਕੰਮਲ ਹੁਣ ਮਗਰੋਂ ਕਾਰਵਾਈ ਕੀਤੀ ਜਾਵੇਗੀ 1 ਅਪ੍ਰੈਲ ਤੋਂ ਪੁਰਾਣੀਆਂ ਕਾਰਾਂ ਨੂੰ ਖਰੀਦਣਾ ਹੋ ਜਾਵੇਗਾ ਮੁਸ਼ਕਲ ਬਰ ਜਾਵੇਗਾ ਕੰਪਨੀਆਂ ਤੇ ਬੋਝ ਆ ਜੀਆਣ ਦੋਸਤੋ ਭਾਰਤ ਸਮੇਤ ਪੂਰੀ ਦੁਨੀਆ ਦੇ ਵਿੱਚ ਪੁਰਾਣੀਆਂ ਕਾਰਾਂ ਜਾਨੀ ਕਿ ਸੈਕੰਡ ਹੈਂਡ ਕਾਰਾਂ ਦਾ ਵੱਡਾ ਬਾਜ਼ਾਰ ਹੈ ਖਾਸ ਤੌਰ ਤੇ ਕਰੋਨਾ ਮਹਾਮਾਰੀ ਤੋਂ ਬਾਅਦ ਵਧ ਤੀਆਂ ਹੋਈਆਂ ਕਾਰਾਂ ਦੀ ਮੰਗ ਵਧ ਗਈ ਹੈ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਵਿੱਚ ਯੂਜ਼ਡ ਕਾਰ ਬਾਜ਼ਾਰ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇੱਕ ਤਾਜ਼ਾ ਰਿਪੋਰਟ ਦੇ ਮੁਤਾਬਕ ਅਧਿయోగਾ ਮਾਹਰ ਇਸ ਨੂੰ ਲੈ ਕੇ ਡਰੇ ਹੋਏ ਹਨ ਤੇ ਦਸੰਬਰ ਵਿੱਚ ਆਇਆ ਇਹ ਨੋਟੀਫਿਕੇਸ਼ਨ ਆ ਛੜ ਕੇ ਆਪ ਜੀ ਅਤੇ ਰਾਜਮਾਰਗ ਮੰਤਰਾਲੇ ਨੇ ਪਿਛਲੇ ਸਾਲ 22 ਦਸੰਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਮੰਤਰਾਲੇ ਨੇ ਕਿਹਾ ਹੈ ਕਿ ਇਹ ਸਬਦਲਾ ਦੇ ਨਾਲ ਡੀਲਰਾਂ ਦੇ ਰਾਹੀਂ ਰੀਅਟਰੇਡ ਕਾਰਾਂ ਦੇ ਖਰੀਦਦਾ ਤੇ ਵਿਕਰੀ ਦੇ ਵਿੱਚ ਪਾਰਦਰਸ਼ਤਾ ਆਵੇਗੀ ਤੇ ਕਾਰੋਬਾਰ ਕਰਨਾ ਆਸਾਨ ਹੋ ਜਾਵੇ ਗਾ ਤੇ ਨੋਟੀਫਿਕੇਸ਼ਨ ਦੇ ਲਿਆਉਣ ਦਾ ਮਕਸਦ ਇੱਕ ਬਹਨੂ ਇੱਕ ਤੋਂ ਵੱਧ ਵਾਰ ਟਰਾਂਸਫਰ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਸੀ। ਇਹ ਨੋਟੀਫਿਕੇਸ਼ਨ ਦਾ ਸੀ ਮਕਸਦ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇਹਦਾ ਮਕਸਦ ਹੈ ਥਰਡ ਪਾਰਟੀ ਹਰਜਾਨੇਦਿਆਂ ਦੇਣਦਾਰੀਆਂ ਨੂੰ ਫਿਕਸ ਕਰਨਾ ਅਤੇ ਡਿਫਾਲਟਰਾਂ ਨੂੰ ਫਿਕਸ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਵੀ ਇਸ ਤੇ ਨੋਟੀਫਿਕੇਸ਼ਨ ਦੇ ਵਿੱਚ ਪ੍ਰਸਤਾਵਿਤ ਬਦਲਾ 1 April 2023 ਤੋਂ ਲਾਗੂ ਹੋਣ ਜਾ ਰਹੇ ਹਨ ਹਾਲਾਂਕਿ ਅਧਿయోగ ਦਾ ਕਹਿਣਾ ਹੈ ਕਿ ਨਵੇਂ ਬਦਲਾ ਪਹਿਲਾ ਤੋਂ ਮਾਲਕੀ ਵਾਲੀਆਂ ਗੱਡੀਆਂ ਭਾਵ ਪੁਰਾਣੀਆਂ ਕਾਰਾਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਤੇ ਨਿਯਮਾਂ ਦੇ ਪਾਲਣ ਦਾ ਬੋਝ ਵਧੇਗਾ ਕਾਰ ਦੇ ਕੋ ਅਤੇ ਘਾਰ 24 ਵਰਗੀਆਂ ਕੰਪਨੀਆਂ ਭਾਰਤ ਵਿੱਚ ਵਰਤੇ ਗਏ ਵਾਹਨਾਂ ਦੀ ਖਰੀਦ ਅਤੇ ਵਿਕਰੀ ਵਿੱਚ ਸ਼ਾਮਲ ਹਾਂ ਤੇ ਅਦਯੋਗ ਦਾ ਇਹ ਵੀ ਕਹਿਣਾ ਹੈ ਕਿ ਜਾਰੀ ਕੀਤੇ ਗਏ ਨੋਟੀਫਿਕੇਸ਼ਨਾਂ ਦੀ ਬੈਕ ਨੂੰ ਲੈ ਕੇ ਸਮੱਸਿਆਵਾਂ ਹਨ